جاسبرين، ਮੈਂ ਤੈਨੂੰ ਧੀ ਨਹੀਂ ਪੁੱਤ ਸਮਝ ਕੇ ਪੜ੍ਹਾਇਆ ਲਿਖਾਇਆ ਸੀ। ਮਾਪੇ ਜਦ ਆਪਣੀ ਧੀ ਨੂੰ ਘਰ ਦੀ ਦਹਿਲੀਜ਼ ਪਾਰ ਕਰਾਉਂਦੇ ਆ ਨਾ, ਤਾਂ ਪਹਾੜ ਜਿੱਡਾ ਜਿਗਰਾ ਤੇ ਵਿਸ਼ਵਾਸ ਕਰਕੇ ਫੇਰ ਘਰੋਂ ਤੋਰਦੇ ਆ। ਧੋਖਾ ਕੀਤਾ ਤੂੰ ਸਾਡੇ ਨਾਲ, ਯਕੀਨ ਤੋੜਿਆ ਤੂੰ ਸਾਡਾ, ਜਿਉਂਦੇ ਜੀ ਮਾਰ ਸੁੱਟਿਆ ਮਰਜੇ ਤੂੰ। ਪਾਪਾ ਚੁੱਪ ਕਹਿ, ਸੁਣਨ ਨੂੰ ਕੁਛ ਨਹੀਂ ਰਹਿ ਗਿਆ। ਕੋਈ ਰਿਸ਼ਤਾ ਨਹੀਂ ਹੈ ਸਾਡਾ ਤੇਰੇ ਨਾਲ, ਮਰ ਗਈ ਹੈ ਤੂੰ ਸਾਡੇ ਲਈ। ਚੱਲ ਮਿੰਦਰ ਕੌਰੇ, ਸਾਰ ਲਓਗੇ ਧੀ ਤੋਂ ਬਿਨਾਂ? ਸਿਆਣਾ ਉਹੀ ਜਿਹੜਾ ਵਕਤ ਵਿਚਾਰੇ, ਨਾਲੇ ਕਦੇ ਨੌਹਾਂ ਨਾਲੋਂ ਮਾਸਾ ਅਲੱਗ ਨਹੀਂ ਹੋਇਆ। ਸਾਰੀ ਉਮਰ ਧੀ ਦੇ ਵਿਛੋੜੇ 'ਚ ਤੜਫਣ ਨਾਲ ਤਾਂ ਚੰਗਾ ਕਿ ਅਸੀਂ ਆਪਣਾ ਹੀ ਮਨ ਸਮਝਾ ਲਈਏ। ਮੈਨੂੰ ਤਾਂ ਮੁੰਡਾ ਪੜ੍ਹਿਆ ਲਿਖਿਆ ਅਤੇ ਨਾਲੇ ਸਾਊ ਪਰਿਵਾਰ ਦਾ ਲੱਗਦਾ। ਆਪਣੀ ਜਸਪ੍ਰੀਤ ਵੀ ਤਾਂ ਪੜ੍ਹੀ ਲਿਖੀ ਹੈ, ਉਹਨੇ ਕੁਝ ਸੋਚ ਸਮਝ ਕੇ ਹੀ ਫੈਸਲਾ ਲਿਆ ਨਾ। ਆਪਾਂ ਨੂੰ ਉਹਦੇ ਫੈਸਲੇ 'ਤੇ ਇੱਕ ਵਾਰ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਮੇਰੇ ਕਹੇ ਤੇ ਇੱਕ ਵਾਰ ਤੁਸੀਂ ਮੁੰਡੇ ਨਾਲ ਜ਼ਰੂਰ ਗੱਲ ਕਰੋ। ਇਹਦੇ 'ਚ ਜਸਪ੍ਰੀਤ ਦਾ ਕੋਈ ਕਸੂਰ ਨਹੀਂ। ਉਹਨੇ ਤਾਂ ਮੈਨੂੰ ਉਦੋਂ ਵੀ ਬਹੁਤ ਕਿਹਾ ਸੀ ਵੀ ਇੱਕ ਵਾਰੀ ਮੈਂ ਤੁਹਾਨੂੰ ਮਿਲ ਲਵਾਂ, ਮੈਂ ਹੀ ਮਨਾ ਕਰਤਾ। ਮੈਨੂੰ ਪਤਾ ਸੀ ਤੁਸੀਂ ਮੇਰੇ ਡੈਡ ਨਾਲ ਗੱਲ ਕੀਤੇ ਬਿਨਾਂ ਸਾਡੇ ਵਿਆਹ ਲਈ ਕਦੇ ਵੀ ਰਾਜ਼ੀ ਨਹੀਂ ਹੋਣਾ, ਅਤੇ ਡੈਡ ਨੂੰ ਮਨਾਉਣ ਦਾ ਮਤਲਬ ਆ ਪੱਥਰ ਨੂੰ ਪਘਲਾਉਣਾ। ਉਹਨਾਂ ਨੇ ਕਦੇ ਵੀ ਨਹੀਂ ਸੀ ਮੰਨਣਾ, ਇਸ ਲਈ ਮਜਬੂਰਨ ਸਾਨੂੰ ਇਹ ਵਿਆਹ ਵਾਲਾ ਫੈਸਲਾ ਲੈਣਾ ਪਿਆ। ਤੇ ਪ੍ਰੈਕਟਿਸ ਦੇ ਬਹਾਨੇ ਦੂਰ ਅਸੀਂ ਇੰਨੀ ਦੇਰ ਰੇਸ ਕਰਕੇ ਰਹੇ ਬਈ ਜਦੋਂ ਸਾਡਾ ਬੇਬੀ ਹੋ ਜੂਗਾ ਤਾਂ ਤੁਸੀਂ ਵੀ ਸਾਨੂੰ ਅਪਣਾ ਲਓਗੇ, ਅਤੇ ਉਹ ਨੰਨੀ ਜੀ ਜਾਨ ਨੂੰ ਦੇਖ ਕੇ ਸ਼ਾਇਦ ਡੈਡ ਵੀ ਨਰਮ ਪੈ ਜਾਣਗੇ। ਪਰ ਹੁਣ ਕੁਛ ਦਿਨਾਂ ਤੋਂ ਜਸਪ੍ਰੀਤ ਬਹੁਤ ਜ਼ਿਆਦਾ ਟੈਨਸ਼ਨ ਲੈ ਰਹੀ ਹੈ, ਜਿਹੜੀ ਇਹਦੇ ਲਈ ਅਤੇ ਸਾਡੇ ਬੱਚੇ ਲਈ ਬਿਲਕੁਲ ਹੀ ਠੀਕ ਨਹੀਂ। ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਬੁਲਾਉਣਾ ਹੀ ਸਹੀ ਸਮਝਿਆ, ਪਰ ਤੁਸੀਂ ਚਿੰਤਾ ਨਾ ਕਰੋ ਪਾਪਾ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਜਸਪ੍ਰੀਤ ਵੱਲੋਂ ਹਮੇਸ਼ਾ ਤੁਹਾਨੂੰ ਠੰਡੀਆਂ ਹਵਾਵਾਂ ਹੀ ਆਉਣਗੀਆਂ। ਬਸ ਹੁਣ ਸਾਨੂੰ ਤੁਹਾਡਾ ਆਸ਼ੀਰਵਾਦ ਚਾਹੀਦਾ। ਹਾਂ ਪੁੱਤ, ਬੜਾ ਭਾਗਾਂ ਵਾਲਾ ਦਿਨ ਚੜਿਆ ਅੱਜ।
ਮਸਾਂ ਮਸਾਂ ਸਾਡੇ ਬੱਚੇ ਦੇ ਨਾਨਾ ਨਾਨੀ ਆਏ ਆ। ਬਈ ਲੱਗਦੇ ਹੱਥ ਤੁਸੀਂ ਇੱਕ ਹੋਰ ਸ਼ੁਭ ਕੰਮ ਵੀ ਅੱਜ ਕਰ ਹੀ ਦਿਓ। ਕਿਹੜਾ ਕੰਮ ਪੁੱਤ? ਤੁਸੀਂ ਸਾਡੇ ਬੇਬੀ ਦਾ ਨਾਂ ਵੀ ਅੱਜ ਰੱਖ ਦਿਓ। ਨਾਮ? ਹਾਂ ਬਈ, ਮੁੰਡਾ ਹੋਵੇ ਜਾਂ ਕੁੜੀ, ਨਾਮ ਰੱਖਾਂਗੇ ਹਰਜਸ। ਓਏ ਹਰ ਮੇਰੇ ਪੁੱਤਰ ਦਾ ਤੇ ਜਸ ਮੇਰੀ ਧੀ ਦਾ, ਹਰਜਸ। ਹਾਂਜੀ ਮੋਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਪੁੱਤ ਹਰਜੋਤ, ਤੂੰ ਸਵੇਰੇ ਘਰ ਆ ਜਾ, ਕੋਈ ਜ਼ਰੂਰੀ ਕੰਮ ਆ। ਮੋਮ ਮੈਂ ਆਊਂਗਾ, ਪਰ ਮੈਨੂੰ 3-4 ਦਿਨ ਲੱਗ ਜਾਣੇ ਤੇ ਹਾਂ, ਨਾਲੇ ਤੁਹਾਡੇ ਲਈ ਇੱਕ ਸਰਪ੍ਰਾਈਜ਼ ਵੀ ਆ। ਨਹੀਂ ਪੁੱਤ, ਤੇਰੇ ਡੈਡ ਨੇ ਬੁਲਾਇਆ, ਕੋਈ ਜ਼ਰੂਰੀ ਕੰਮ ਆ, ਆ ਜਾ ਛੇਤੀ। ਪਰ ਮੋਮ। ਪਰ ਪੁਰ ਕੁਛ ਨਹੀਂ, ਤੂੰ ਆ ਜਾ ਬਸ, ਨਾਲੇ ਤੈਨੂੰ ਪਤਾ ਨਾ ਤੇਰੇ ਡੈਡ ਦਾ। ਚਲੋ ਠੀਕ ਆ।